ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਵਾਦੇ ਅੰਜ ਹੁਣ ਦੀ ਪਹਿਲੀ ਵੱਡੀ ਖਬਰ ਦੇ ਵੱਲ ਅਮਰਤਪਾਲ ਦੇ ਪਰਿਵਾਰ ਨੇ ਖਤਮ ਕੀਤੀ ਪੋਖੜ ਤਾਲ ਧਰਨਾ ਰਹਿਗਾ ਜਾਰੀ ਸ਼੍ਰੀ ਅਕਾਲ ਤਖਤ ਸਹਿਬ ਦੇ ਹੁਕਮਾਂ ਤੋਂ ਬਾਅਦ ਲਿਆ ਫੈਸਲਾ ਬਾਰੇ ਸਪੰਜਾ ਦੇ ਮੁਖੀ ਅਮਰਤਪਾਲ ਸਿੰਘ ਦੇ ਪਰਿਵਾਰ ਦੇ ਵੱਲੋਂ ਚੱਲ ਰਹੀ ਭੋਖੜ ਤਾਲ ਅੱਜ ਸਮਾਪਤ ਕਰ ਦਿੱਤੀ ਗਈ। ਹਾਲਾਂਕਿ ਧਰਨਾ ਜਾਰੀ ਰਹੇਗਾ ਸੰਗਤਾਂ ਦੇ ਮੰਗ ਤੇ ਸ਼੍ਰੀ ਅਕਾਲ ਤਖਤ ਸਹਿਬ ਤੋਂ ਜਾਰੀ ਹੁਕਮਾਂ ਤੋਂ ਬਾਅਦ ਇਹ ਹੜਤਾਲ ਸਮਾਪਤ ਕੀਤੀ ਗਈ ਅਮਰਤਪਾਲ ਦਾ ਪਰਿਵਾਰ 22 ਫਰਵਰੀ ਤੋਂ ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ ਤੇ ਭੋਖੜ ਤਾਲ ਤੇ ਸੀ। ਪਰਿਵਾਰ ਦੇ ਵੱਲ ਐਂਟਵਾਰ ਨੂੰ ਪੰਥਕਾ ਕਾਠ ਦੇਲੇ ਸੱਦਾ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਹਜ਼ਾਰਾਂ ਲੋਕਾਂ ਦਾ ਧਰਨੇ ਤਿਆਗ ਦਿੱਤੇ ਜਿੱਥੇ ਸੰਗਤ ਨੇ ਪਰਿਵਾਰ ਨੂੰ ਭੋਖੜ ਤਾਲ ਖਤਮ ਕਰਨ ਦੀ ਮੰਗ ਕੀਤੀ ਸੰਗਤ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਮੰਗ ਕੀਤੀ ਗਈ ਕਿ ਪਰਿਵਾਰ ਦੇ ਭੋਖੜ ਤਾਲ ਖਤਮ ਕੀਤੇ ਜਾਵੇ ਜਿਸ ਤੋਂ ਬਾਅਦ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਪਰਿਵਾਰ ਨੇ ਸ੍ਰੀ ਹਰਮੰਦਰ ਸਾਹਿਬ ਦੇ ਮੱਥਾ ਟੇਕ ਕੇ ਪਰਿਸ਼ਾਦ ਸ਼ੱਕੇ ਭੋਖੜ ਤਾਲ ਸਮਾਪਤ ਕਰ ਦਿੱਤੀ ਚੋਣ ਜਾਬਤਾ ਲਾਗੂ ਹੋਣ ਦੇ ਨਾਲ ਹੁਣ ਬੈਂਕਾਂ ਤੇ ਵੀ ਚੋਣ ਕਮਿਸ਼ਨ ਦੀ ਰਹੇਗੀ ਨਜ਼ਰ ਸਵੇਰੇ ਦੇ ਸਾਰੇ ਬੈਂਕਾਂ ਦੇਣਗੇ ਚੋਣ ਦਫ਼ਤਰ ਦੇ ਵਿੱਚ ਲੈਣ ਦੇਣ ਸੰਬੰਧੀ ਬੇਰਬੇ ਪੰਜਾਬ ਦੇ ਵਿੱਚ ਆ ਚੋਣ ਜਾਬਤਾ ਲਾਗੂ ਹੋਣ ਦੇ ਨਾਲ ਹੁਣ ਬੈਂਕਾਂ ਦੇ ਲੈਣ ਦੇਣ ਤੇ ਵੀ ਚੋਣ ਕਮਿਸ਼ਨ ਦੇ ਵੱਲੋਂ ਨਜ਼ਰ ਰੱਖੀ ਜਾਵੇਗੀ ਅੱਜ ਤੋਂ ਸਾਰੇ ਬੈਂਕਾਂ ਨੂੰ ਆਪਣੇ ਜ਼ਿਲ੍ਹੇ ਦੇ ਚੋਣ ਦਫ਼ਤਰ ਦੇ ਵਿੱਚ 10 ਲੱਖ ਰੁਪਏ ਤੋਂ ਵੱਧ ਦੇ ਲੈਣ ਦੇਣ ਦੇ ਨਾਲ ਸੰਬੰਧਿਤ ਸਾਰੇ ਬੇਰਬੇ ਦੇਣੇ ਹੋਣਗੇ ਤਾਂ ਜੋ ਐਸ ਪੈਸੇ ਦੀ ਵਰਤੋਂ ਸੰਬੰਧੀ ਸਹੀ ਜਾਂਚ ਕੀਤੀ ਜਾ ਸਕੇ ਇਸ ਤੋਂ ਇਲਾਵਾ ਕੈਸ਼ ਬੈਂਨਾਂ ਨੂੰ ਵੀ ਨਿਰਧਾਰਤ ਦੇਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ ਸਾਰੇ ਜ਼ਿਲ੍ਹਿਆਂ ਦੇ ਚੋਣ ਅਧਿਕਾਰੀ ਇਸ ਹੁਕਮ ਨੂੰ ਸਖਤੀ ਦੇ ਨਾਲ ਲਾਗੂ ਕਰਨਗੇ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਘੰਟਾਲ ਬਟਨ ਨੂੰ ਦਬਕ ਕੇ 올 ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ 2 ਰੁਪਏ ਸਸਤਾ ਨੇ ਸਗੋਂ 7 ਰੁਪਏ ਮਹਿੰਗਾ ਪੈਟਰੋਲਾ ਪਰਵਾਰਿਆਂ ਤੁਸੀਂ ਜਾਣੋ ਕਿਵੇਂ ਠੱਗੇ ਜਾ ਰਹੇ ਨੇ ਲੋਕ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਕੇਂਦਰ ਸਰਕਾਰ ਦੇ ਵੱਲ ਆਮ ਲੋਕਾਂ ਨੂੰ ਰਾਹਤ ਦਿੱਤੀ ਗਿਆ ਜਿਹਦੇ ਵਿੱਚ ਪੈਟਰੋਲਾ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ 2-2 ਰੁਪਏ ਦੀ ਕਟੌਤੀ ਕੀਤੀ ਗਈ ਐਸਾ ਮਾਮੂਲੀ ਘਟ ਦਾ ਸਭ ਤੋਂ ਵੱਧ ਅਸਰ ਉਹਨਾਂ ਲੋਕਾਂ ਤੇ ਪਿਆ ਜੋ ਕਿ ਗਰੀਬ ਹਨ ਤੇ ਰੋਜ਼ਾਨਾ ਆਪਣੇ ਮੋਟਰਸਾਈਕਲ ਜਾਂ ਸਕੂਟਰ ਤੇ ਕੰਮ ਤੇ ਜਾਂਦਿਆਂ ਤੇ ਜਿਹੜੇ ਵਿੱਚ 2 ਰੁਪਏ ਦੀ ਇਹ ਕਟੌਤੀ ਉਹਨਾਂ ਦੇ ਲਈ ਵੱਡੀ ਰਾਹਤ ਹੋਵੇਗੀ। ਅਜਿਹੇ ਵਿੱਚ ਜੇਕਰ ਅਸੀਂ ਤੁਹਾਨੂੰ ਦੱਸੀਏ ਹਾਂ ਕਿ ਪੈਟਰੋਲ ਪੰਪ ਤੇ ਤੁਹਾਨੂੰ 2 ਰੁਪਏ ਸਸਤਾ ਨਹੀਂ ਸਗੋਂ 7 ਰੁਪਏ ਮਹਿੰਗਾ ਪੈਟਰੋਲ ਮਿਲਦਾ ਤਾਂ ਕੀ ਤੁਸੀਂ ਯਕੀਨ ਕਰੋਗੇ ਹਰ ਰੋਜ਼ ਕਈ ਲੋਕ ਐਸਾ ਧੋਖਾ ਤੜੀਦਾ ਸ਼ਿਕਾਰ ਹੋ ਰਹੇ ਹਨ ਦਰਸਲ ਪੈਟਰੋਲ ਪੰਪਾਂ ਤੇ ਦੋ ਤਰ੍ਹਾਂ ਦਾ ਤੇਲ ਮਿਲਦਾ ਹੈ ਜਿਨ੍ਹਾਂ ਦੇ ਵਿੱਚ ਇੱਕ ਆਮ ਪੈਟਰੋਲ ਤੇ ਦੂਜਾ ਪਾਵਰ ਪੈਟਰੋਲ ਅਤੇ ਜੇਕਰ ਤੁਸੀਂ ਨੋਇਡਰ ਬੈਚ ਦਾ ਸਧਾਰਨ ਪੈਟਰੋਲ ਖਰੀਦਦੇ ਹੋ ਤਾਂ ਇਹਦੀ ਕੀਮਤ ਲਗਭਗ 94 ਰੁਪਏ ਪ੍ਰਤੀ ਲੀਟਰ ਹੈ ਜਦੋਂ ਕਿ ਪਾਵਰਡ ਪੈਟਰੋਲ 101 ਰੁਪਏ ਪ੍ਰਤੀ ਲੀਟਰ ਤੇ ਉਪਲਬਧ ਹੈ ਤਾਂ ਇਹਦੇ ਵਿੱਚ ਹਰ ਰੋਜ਼ ਆ ਕਈ ਲੋਕਾਂ ਠੱਗੀ ਦਾ ਸ਼ਿਕਾਰ ਹੋ ਰਹੇ ਹੰਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਨੂੰ ਇਹ ਸਭ ਧੋਖਾਧੜੀ ਦਾ ਪਤਾ ਵੀ ਨਹੀਂ ਚੱਲਦਾ ਪਾਵਰ ਅਤੇ ਸਧਾਰਨ ਪੈਟਰੋਲ ਦੇ ਵਿਚਲਾ ਅੰਤਰ ਇਹਦੇ ਨੋਜ਼ਲ ਤੋਂ ਦੇਖਿਆ ਜਾ ਸਕਦਾ ਜਾਨਕਿ ਆਮ ਪੈਟਰੋਲ ਦੇ ਨੋਜਲ ਹਰੇ ਰੰਗ ਦੇ ਹੁੰਦੇ ਆ ਜਦੋਂ ਕਿ ਪਾਵਰ ਪੈਟਰੋਲ ਦੇ ਨੋਜਲ ਲਾਲ ਰੰਗ ਦੇ ਹੁੰਦੇ ਆ ਹਾਲਾਂਕਿ ਕਈ ਪੈਟਰੋਲ ਪੰਪਾਂ ਤੇ ਇਹ ਨੋਜਲ ਉਸੇ ਰੰਗ ਦੀ ਬਣੀ ਹੋਈ ਆ ਭਾਵੇਂ ਪਾਵਰਡ ਪੈਟਰੋਲ ਨੂੰ ਵੀ ਹਰੇ ਰੰਗ ਦੇ ਨੋਜਲ ਦੇ ਰਾਹੀਂ ਪਾਇਆ ਜਾਂਦਾ ਹੈ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਨਾਂ ਦੇ ਟੈਂਕਰ ਦੇ ਵਿੱਚ 101 ਰੁਪਏ ਪ੍ਰਤੀ ਲੀਟਰ ਦਾ ਪੈਟਰੋਲ ਪਾਇਆ ਜਾ ਰਿਹਾ ਹੈ ਸੁਪਰੀਮ ਕੋਰਟ ਦੇ ਐਸਬੀਏ ਨੂੰ ਝਾੜ ਕਿਹਾ ਜਲਦੀ ਤੋਂ ਜਲਦੀ ਚੋਣ ਕਮਿਸ਼ਨ ਨੂੰ ਦਿਓ ਇਲੈਕਟੋਰਲ ਬਾਂਡ ਦੇ ਨੰਬਰਾਂ ਦੀ ਜਾਣਕਾਰੀ ਸਪਰੀਮ ਕੋਰਟ ਨੇ ਅੱਜ ਇੱਕ ਵਾਰ ਫਿਰ ਤੋਂ ਚੋਣ ਮਾਮਲੇ ਦੀ ਸੁਣਵਾਈ ਕੀਤੀ ਸੀਜੀਆਈ ਡੀ ਬਾਈ ਚੰਦਰ ਚੋੜ ਤੋਂ ਇਲਾਵਾ ਜਸਟਿਸ ਸੰਜੀਵ ਖੰਨਾ ਜਸਟਿਸ ਬੀ ਆਰ ਗਬਈ ਜਸਟਿਸ ਜੇਵੀ ਪਾਦਰੀ ਵਾਲਾ ਜਸਟਿਸ ਮਨੋਜ ਮਿਸ਼ਰਾ ਨੂੰ ਮਾਮਲੇ ਦੀ ਸੁਣਵਾਈ ਕਰਨ ਵਾਲੇ ਪੰਜ ਜੱਜਾਂ ਦੇ ਸੰਵਿਧਾਨਕ ਬੈਚ ਦੇ ਵਿੱਚ ਸ਼ਾਮਲ ਰਹੇ ਸਪਰੀਮ ਕੋਰਟ ਨੇ ਕਿਹਾ ਕਿ ਐਸਬੀਆਈ ਨੂੰ ਹਲਪਨਾਮਾ ਦਾਇਰ ਕਰਨਾ ਚਾਹੀਦਾ ਕਿ ਅਦਾਲਤੀ ਹੁਕਮਾਂ ਦੇ ਵਿੱਚ ਚੋਣ ਵੰਡ ਦੇ ਨਾਲ ਸੰਬੰਧਿਤ ਜੋ ਵੀ ਜਾਣਕਾਰੀ ਮੰਗੀ ਗਈ ਹੈ ਉਹ ਸਾਰੀ ਜਾਣਕਾਰੀ ਈਸੀਆਈ ਚੋਣ ਕਮਿਸ਼ਨ ਨੂੰ ਦਿੱਤੀ ਗਈ ਹੈ ਅਤੇ ਐਸਬੀਆਈ ਨੇ ਅਜੇ ਹੀ ਕੋਈ ਜਾਣਕਾਰੀ ਲੁਕਾ ਕੇ ਨਹੀਂ ਰੱਖੀ ਹੈ ਇਸੇ ਤਰ੍ਹਾਂ ਸੁਪਰੀਮ ਕੋਰਟ ਨੇ ਐਸਬੀਆਈ ਨੂੰ ਈਸੀਆਈ ਨੂੰ ਤੁਰੰਤ ਬਾੰਡ ਨੰਬਰ ਪ੍ਰਦਾਨ ਕਰਨ ਦਾ ਆਦੇਸ਼ ਦਿੱਤਾ ਹੈ ਸੁਪਰੀਮ ਕੋਰਟ ਦੇ ਫੈਸਲੇ ਦੇ ਅਨੁਸਾਰ 22 ਬਾਰ 21 ਮਾਰਚ ਤੱਕ ਐਸਬੀਆਈ ਨੂੰ ਅਦਾਲਤ ਵਿੱਚ ਹਲਪਨਾਮਾ ਦਾਇਰ ਕਰਨਾ ਹੋਵੇਗਾ ਕਿ ਚੋਣ ਕਮਿਸ਼ਨ ਨੂੰ ਸਾਰੀ ਜਾਣਕਾਰੀ ਮੁਹੱਈਆ ਕਰ ਦਿੱਤੀ ਗਈ ਹੈ ਅਗਲੀ ਖਬਰ ਕਾਲੇ ਸਤਾਨਾਂ ਦੇ ਨਿਸ਼ਾਨੇ ਤੇ ਹੋਣਗੇ ਇਹਨਾਂ 5 ਦੇਸ਼ਾਂ ਦੇ ਭਾਰਤੀ ਡਿਪਲੋਮੈਂਟ ਭਾਰਤੀ ਏਜੰਸੀਆਂ ਨੇ ਦਿੱਤੀ ਚੇਤਾਵਨੀ ਭਾਰਤੀ ਖੁਫੀਆ ਏਜੰਸੀਆਂ ਨੇ ਨਜ਼ਰ ਦੇ ਹੱਤਿਆਤ ਬਾਅਦ 5 ਆਈ ਦੇਸ਼ਾਂ ਦੇ ਵਿੱਚ ਅਗਲੇ 3 ਮਹੀਨਿਆਂ ਦੇ ਵਿੱਚ ਉੱਚੇ ਖਾਲਸਤਾਨੀ ਪ੍ਰਦਰਸ਼ਨਾਂ ਤੇ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੂੰ ਸੰਭਾਵਿਤ ਕਾਮਕੰਗਾਂ ਦੀ ਚੇਤਾਵਨੀ ਜਾਰੀ ਕੀਤੀ ਹੈ ਖੁਫੀਆ ਏਜੰਸੀਆਂ ਨੇ ਪਰਦਾਰਸ਼ਨਕਾਰੀਆਂ ਦੇ ਵੱਲੋਂ ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ, ਯੂਨਾਈਟਿਡ ਕਿੰਗਡਮ ਅਤੇ ਸੰਯੁਕਤ ਰਾਜ ਦੇ ਵਿੱਚ ਤੈਨਾਤ ਭਾਰਤੀ ਡਿਪਲੋਮੈਟਿਕ ਕਰਮਚਾਰੀਆਂ ਦੇ ਲਈ ਸੁਰੱਖਿਆ ਖਤਰੇ ਪੈਦਾ ਕਰਨ ਬਾਰੇ ਖਾਸ ਚਿੰਤਾਵਾਂ ਜ਼ਾਹਰ ਕੀਤੀਆਂ ਹਨ ਖਾਲਸਤਾਨੀ ਹਰਦੇਵ ਸਿੰਘ ਨਿੱਜਰ ਦੀ ਹੱਤਿਆ ਦੇ ਖਿਲਾਫ ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਖਾਲਸਤਾਨੀ ਸਮਰਥਕਾਂ ਦੇ ਵੱਲੋਂ ਹਾਲ ਹੀ ਦੇ ਬਿਆਨ ਕੀਤੇ ਗਏ ਪਰਦਾਰਸ਼ਨਾਂ ਦੇ ਦੌਰਾਨ ਸਥਾਨਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਅੰਸਰ ਸੰਜੀਦਗੀ ਬਾਰੇ ਜਾਣਕਾਰੀ ਦਿੱਤੀ ਗਈ ਹੈ ਭਾਰਤੀ ਰੁਪਿਆ ਜਾਂਸਾ ਨੇ ਚੇਤਾਵਨੀ ਦਿੱਤੀ ਹੈ ਕਿ ਖਾਲਸਤਾਨੀ ਅੰਸਰ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਦੀ ਯੋਜਨਾ ਬਣਾ ਰਹੇ ਹਨ ਆਉਣ ਵਾਲੀ ਅਗਲੀ ਖਬਰ ਹੈ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਫਰੋਤੀ ਦਲੀ ਧਮਕੀ ਦੇਣ ਵਾਲਾ ਮੁੰਬਈ ਤੋਂ ਗ੍ਰਿਫਤਾਰ ਤਿੰਨ ਦਿਨ ਦਾ ਪੁਲਿਸ ਰਮਾਂਡ ਪੰਜਾਬ ਦੇ ਸਾਬਕਾ ਮੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 2 ਕਰੋੜ ਰੁਪਏ ਦੇ ਪਰੋਤੇ ਦੇ ਲਈ ਧਮਕੀ ਦੇਣ ਵਾਲੇ ਨੂੰ ਰੂਪਨਗਰ ਪੁਲਿਸ ਨੇ ਗ੍ਰਫਤਾਰ ਕਰ ਲਿਆ ਹੈ। ਐਸਐਸਪੀ ਰੂਪਨਗਰ ਗੌਲਨੀਯਤਾ ਸੰਗ ਖਰਾਨੰਦ ਅਸਾਇਕ ਕਾਇਦਨ ਪਹਿਲਾ ਸੋਸ਼ਲ ਮੀਡੀਆ ਤੇ ਵੀਡੀਓ ਬੈਰਲ ਹੋਈ ਸੀ ਜਿਸ ਦੇ ਵਿੱਚ ਸ਼੍ਰੀ ਚੰਨੀ ਨੇ ਕਿਹਾ ਸੀ ਕਿ ਕਿਸੇ ਨੂੰ ਉਹਨਾਂ ਦੇ ਵੱਲੋਂ ਫੋਨ ਕਰਕੇ ਧਮਕੀ ਦਿੱਤੀ ਗਈ ਤੇ ਮੈਸੇਜ ਕਰਕੇ 2 ਕਰੋੜ ਰੁਪਏ ਦੀ ਮੰਗ ਕੀਤੀ ਗਈ। ਪੈਸੇ ਨਾ ਦੇਣ ਦੀ ਸੂਰਤ ਵਿੱਚ ਜਾਨ ਤੋਂ ਮਾਰਨ ਦੇ ਧਮਕੀ ਦਿੱਤੇ ਗਿਆ। ਵੀਡੀਓ ਬੈਰਲ ਹੋਣ ਤੋਂ ਬਾਅਦ ਪੁਲਿਸ ਦੇ ਬਲੋ 2 ਮਾਰਚ ਨੂੰ ਮੁਕਾਦਮਾ ਦਰਜ ਕਰਕੇ ਤਾਪਤੀਸ ਐਸਪੀ ਡਾਕਟਰ ਰੂਪਨਗਰ ਰਪਿੰਦਰ ਕੌਰ ਸਰਾ ਅਤੇ ਡੀਐਸਪੀ ਮਰੰਡਾ ਗੁਰਦੀਪ ਸਿੰਘ ਦੀ ਨਿਗਰਾਨੀ ਦੀ ਹੇਠਾਂ ਟੀਮ ਨੂੰ ਸੌਂਪੀ ਗਈ ਧਮਕੀ ਦੇਣ ਵਾਲੇ ਦੀਪਕ ਸ਼੍ਰੀਮਾਨ ਤਕ ਕਾਮਲੇ ਵਾਸੀ ਮੁੰਬਈ ਦੇ ਪਛਾਣ ਕਰਕੇ ਉਸ ਨੂੰ ਸੁਨੀਲ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਮਰੰਡਾ ਤੇ ਇਨਚਾਰਜ CIA ਸਟਾਫ ਰੂਪਨਗਰ ਦੇ ਵੱਲੋਂ ਮਹਾਰਾਸ਼ਟਰ ਤੋਂ 15 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ। ਮੁਲਜ਼ਮ ਦੇ ਪਾਸੋਂ ਲੈਪਟਾਪ ਅਤੇ ਦੋ ਮੋਬਾਈਲ ਫੋਨਾਂ ਬਰਾਮਦ ਕੀਤੇ ਗਏ ਅਤੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਉਪਰੰਤ 3 ਦਿਨ ਦਾ ਪੁਲਿਸ ਹਿਰਾਮੰਡ ਲੈ ਕੇ ਹੋਰ ਡੰਗਾਈ ਦੇ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਮੂਸੇਬਾਲ ਦੀ ਮਾਤਾ ਚਰਨ ਕਰਨ ਨੇ ਸਾਂਝੀ ਕੀਤੀ ਪੋਸਟ। ਬੀਤੇ ਦਿਨੀ ਸੁੱਧਮੂਸਵਾਲ ਦੇ ਮਾਤਾ ਨੇ 58 ਸਾਲ ਦੀ ਉਮਰ ਦੇ ਵਿੱਚ ਆਈਬੀਐਫ ਤਕਨੀਕ ਦਰਾਈਆਂ ਇੱਕ ਬੱਚੇ ਨੂੰ ਜਨਮ ਦਿੱਤਾ ਸੀ ਇਸ ਸਬੰਧੀ ਮਾਤਾ ਚਰਨ ਕੌਰ ਜੀ ਨੇ ਛੋਟੇ ਸ਼ubh ਨੂੰ ਜਨਮ ਦੇਣ ਤੋਂ ਬਾਅਦ ਸੁੱਧਮੂਸਵਾਲ ਨੂੰ ਯਾਦ ਕਰਦਿਆ ਇੱਕ ਭਾਵਕ ਪੋਸਟ ਸਾਂਝੀ ਕੀਤੀ ਹੈ ਉਹਨਾਂ ਨੇ ਲਿਖਿਆ ਹੈ ਕਿ ਸੁਭਾਗ ਸੁਲੱਖਣਾ ਹੋਨੇ ਬੜਿਆ ਪੁੱਤ ਮੈਂ 1 ਸਾਲ 10 ਮਹੀਨੇ ਬਾਅਦ ਫਿਰ ਤੋਂ ਤੁਹਾਡਾ دیدار ਕੀਤਾ ਪੁੱਤ ਮੈਂ ਤੁਹਾਡੀ ਪਰਿਸ਼ਾਹੀ ਤੇ ਸਾਡੇ ਨਿੱਕੇ ਪੁੱਤ ਦਾ ਸਵਾਗਤ ਕਰਦਿਆਂ ਪਤ ਮੈਂ ਅਕਾਲ ਪੁਰਖਾ ਵਾਹਿਗੁਰੂ ਦਾ ਧੰਨਵਾਦ ਕਰਦਿਆਂ ਕਿ ਜੀ ਨੇ ਇੱਕ ਵਾਰ ਫਿਰ ਮੈਨੂੰ ਤੁਹਾਡੀ ਰੂਹ ਦੀ ਮਾਂ ਬਣ ਦਾ ਹੁਕਮ ਲਾਇਆ ਹੈ ਬੇਟਾ ਮੈਂ ਅਤੇ ਤੁਹਾਡੇ ਬਾਪੂ ਜੀ ਇਹ ਅਰਦਾਸ ਕਰਦਿਆਂ ਕਿ ਸੱਚੇ ਪਾਸਾ ਤੁਹਾਡੇ ਵੀਰ ਨੂੰ ਤੁਹਾਡੀ ਜਈ ਨੇਟਰਤਾ ਸਦਕਾ ਸਫਲਤਾ ਨਿਕੀਅਤ ਹਲੀਮੀ ਬਖਸ਼ਨਾ ਕਰ 파ਰਤੰਦਲੀ ਧੰਨਵਾਦ ਪਤ ਐਲਪੀਜੀ ਪੈਟਰੋਲਾ ਡੀਜ਼ਲਾ ਸਸਤਾ ਕਰਨ ਤੋਂ ਬਾਅਦ ਸਰਕਾਰ ਨੇ ਕੀਤਾ ਇੱਕ ਹੋਰ ਵੱਡਾ ਐਲਾਨ ਸਰਕਾਰ ਨੇ ਇਹ ਯਕੀਨੀ ਬਣਾਉਣ ਦੇ ਲਈ ਕਈ ਉਪਾਅ ਕੀਤੇ ਹਨ ਕਿ ਲੋਕ ਸਭਾ ਚੋਣਾਂ ਦੇ ਦੌਰਾਨ ਮੰਗਿਆਈ ਨਾ ਹੋਵੇ ਐਲਪੀਜੀ ਸਿਲੰਡਰ ਦੀ ਕੀਮਤਾਂ ਘਟਾਈ ਗਈ ਹੈ ਸਰਕਾਰ ਨੇ ਪੈਟਰੋਲਾ ਤੇ ਡੀਲ ਦੀਆਂ ਕੀਮਤਾਂ ਘਟਾਉਣ ਅਤੇ ਦਾਲਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਨਾ ਹੋਣ ਨੂੰ ਯਕੀਨੀ ਬਣਾਉਣ ਦੇ ਲਈ ਇੱਕ ਹੋਰ ਵੱਡਾ ਕਦਮ ਚੁੱਕਿਆ ਹੈ ਕੇਂਦਰ ਸਰਕਾਰ ਨੇ ਬਾਪਰਾ ਸਟਾਕ ਅਦਲੀ 698 ਸਦੇਕ ਸਾਨਾ ਤੋਂ ਖਰੀਦਣ ਦੀ ਯੋਜਨਾ ਬਣਾਈ ਹੈ ਇਸ ਵਿੱਚ 4 ਲੱਖ ਟਨ ਕੱਚੀ ਅਰਖਰ ਦੀ ਦਾਲ ਅਤੇ 2 ਲੱਖ ਟਨ ਦਾਲਾਂ ਸ਼ਾਮਲ ਹਨ ਮਾਮਲੇ ਦੇ ਨਾਲ ਜੁੜੇ ਇੱਕ ਸੀਨੀਅਰ ਅਧਿਕਾਰੀ ਨੇ ਇਹ ਜਾਣ ਕਰ ਦਿੱਤੇ ਆ ਹੁਣ ਕਿਸ ਕੀਮਤ ਤੇ ਵਕਰੀਆ ਦਾਲ ਖਪਤਕਾਰ ਮੰਤਰਾਲੇ ਦੀ ਵੈਬਸਾਈਟ ਤੇ ਦਿੱਤੇ ਗਏ ਅੰਕੜਿਆਂ ਦੇ ਮੁਤਾਬਕ ਦੇਖਦੇ ਵਿੱਚ 17 ਮਾਰਚ ਨੂੰ ਅਰਖਰ ਦੀ ਦਾਲ ਔਸਤ ਕੀਮਤਾਂ 150 ਰੁਪਏ ਪ੍ਰਤੀ ਕਿਲੋਗ੍ਰਾਮ ਹੈ ਸਭ ਤੋਂ ਬਾਅਦ ਦਾ ਲਗਭਗ 200 ਰੁਪਏ ਸਭ ਤੋਂ ਘੱਟ 87 ਰੁਪਏ ਪ੍ਰਤੀ ਕਿਲੋਗ੍ਰam ਹੈ ਚਨੇ ਦੀ ਦਾਲ ਦੀ ਔਸਤਨ ਕੀਮਤ 82.96 ਰੁਪਏ ਵੱਧ ਤੋਂ ਬਾਅਦ 140 ਰੁਪਏ ਤੇ ਘੱਟ ਤੋਂ ਘੱਟ ਕੀਮਤ 60 ਰੁਪਏ ਪ੍ਰਤੀ ਕਿਲੋ ਹੈ ਅਗਲੀ ਵੱਡੀ ਖਬਰ ਸ਼ੰਭੂ ਬਾਡਰ ਤੇ ਇੱਕ ਹੋਰ ਕਿਸਾਨ ਦੀ ਹੋਈ ਮੌਤ ਅਤੂ ਗੈਸ ਦੇ ਧੂਏ ਦੇ ਕਾਰਨ ਵਿਗੜੀ ਸੀ ਸਿਹਤ ਕਿਸਾਨ ਮੋਰਚੇ ਤੇ ਇੱਕ ਹੋਰ ਵੱਡੀ ਮੰਦ ਭਾਗੀ ਖਬਰ ਸਾਹਮਣੇ ਜਿੱਥੇ ਸ਼ੰਭੂ ਬਾਡਰ ਤੇ ਇੱਕ ਹੋਰ ਕਿਸਾਨ ਸ਼ਹੀਦ ਹੋ ਗਿਆ ਮਰਤਕ ਕਿਸਾਨ ਦੇ ਪਛਾਣ ਬਿਸ਼ਨ ਸਿੰਘ 75 ਸਾਲਾ ਵਜੂਈਆ ਜੋ ਕਿ ਪਿੰਡ ਖੰਡੂਰਾ ਬਲਾਕ ਪੱਕੂਵਾਲ ਜ਼ਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਸੀ ਦੱਸਿਆ ਜਾ ਰਿਹਾ ਹੈ ਕਿ ਮਰਤਕ ਕਿਸਾਨ ਸਿਰਫ 1 ਏਕੜ ਦਾ ਮਾਲਕ ਸੀ ਮਿਲੀ ਜਾਣਕਾਰੀ ਦੇ ਅਨੁਸਾਰ ਅਤੂਗੈਸ ਦੇ ਧੂਏ ਦੇ ਨਾਲ ਕਿਸਾਨ ਦੀ ਸਿਹਤ ਵਿਗੜ ਗਈ ਸੀ ਜਿਸ ਤੋਂ ਬਾਅਦ ਅੱਜ ਉਨ੍ਹਾਂ ਦੀ ਅਚਾਨਕ ਮੌਤ ਹੋ ਗਈ ਆ ਦੱਸਦੀ ਹੈ ਕਿ ਬਿਸ਼ਨ ਸਿੰਘ ਪਹਿਲੇ ਦਿਨ ਤੋਂ ਕਿਸਾਨੀ ਮੋਰਚੇ ਦੇ ਵਿੱਚ ਡਟੇ ਹੋਏ ਸਨ ਐਸਾ ਸਬੰਧਿਤ ਕਿਸਾਨਾਂ ਆਗੂ ਨੇ ਮੰਗ ਕਰਦਿਆਂ ਕਹਿ ਕੇ ਮਰਤਕ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਤੇ ਸ਼ਹੀਦ ਦਾ ਐਲਾਨ ਕਰਕੇ 1 ਕਰੋੜ ਰੁਪਏ ਦੀ ਰਾਸ਼ੀ ਮਦਦ ਵਜੋਂ ਦਿੱਤੀ ਜਾਵੇ ਇਸ ਤੋਂ ਇਲਾਵਾ ਉਹਨਾਂ ਨੇ ਕਿਸਾਨ ਦਾ ਸਾਰਾ ਕਰਜ਼ਾ ਮਾਫ਼ ਕਰਨ ਦੀ ਮੰਗ ਕੀਤੀ ਹੈ